ਵੀ ਜੇ ਤਾਂ ਇਹਦੇ ਕੋਲ ਕਾਗਜ਼ ਆ ਕੋਈ ਰਜਿਸਟਰੀ ਹੈ ਫਿਰ ਦੱਸੇ, ਨਹੀਂ ਤਾਂ ਸਾਂਝੀ ਜਗ੍ਹਾ ਕਿਸੇ 'ਤੇ ਮੈਂ ਕਬਜ਼ਾ ਨਹੀਂ ਕਰਦਾ। ਇਸ ਕਰਕੇ ਜਿਹੜੇ ਜਿਹੜੇ ਅਫਸਰ ਇਹ 'ਚ ਇਨਵੋਲਵ ਨੇ ਉਹਨਾਂ 'ਤੇ ਵੀ ਪਰਚਾ ਆਉਣਾ। ਪੰਜਾਬ 'ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਪਰ ਹੁਣ ਕੈਪਟਨ ਸਰਕਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜ਼ਮੀਨ ਹਥਿਆਉਣ ਵਾਲਿਆਂ ਨੂੰ ਲੰਮੇ ਹੱਥੀਂ ਲੈਣ ਲੱਗੀ ਹੈ। ਮਾਮਲਾ ਰਿਆਸਤੀ ਸ਼ਹਿਰ ਨਾਭਾ ਦਾ ਹੈ, ਜਿੱਥੇ ਸ਼ਾਂਤੀ ਐਨਕਲੇਵ ਵਿੱਚ ਤਕਰੀਬਨ 8 ਵਿਘੇ ਦੀ ਜ਼ਮੀਨ 'ਤੇ ਬੀਜੇਪੀ ਦੇ ਆਗੂ ਓਮ ਪ੍ਰਕਾਸ਼ ਜਿੰਦਲ ਦੇ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਉਸਾਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਪਰ ਐਨ ਮੌਕੇ ਉਸਾਰੀ ਦਾ ਕੰਮ ਠੱਪ ਕਰ ਦਿੱਤਾ ਗਿਆ। ਇਸ ਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਖੁਦਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਐਂਟਰੀ ਹੈ, ਜੋ ਮੌਕੇ 'ਤੇ ਪੁਲਿਸ ਦੀ ਗਾਰਦ ਦੇ ਸਣੇ ਪੁੱਜੇ। ਧਰਮਸੋਤ ਨੇ ਕਿਹਾ ਕਿ ਜਿੰਦਲ ਨੇ ਸਰਕਾਰੀ ਜ਼ਮੀਨ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਕਾਰਨ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਮੈਨੂੰ, ਮੈਂ ਭੋਗ 'ਤੇ ਬੈਠਾ ਸੀ, ਲੋਕਾਂ ਨੇ ਦੱਸਿਆ ਕਿ ਇਹ ਤੁਹਾਡਾ ਵੀ ਵਿੱਚ ਹਿੱਸਾ ਹੈ। ਮੈਂ ਇਹਨੂੰ ਆ ਕੇ ਜਿਹਦੇ ਐਸ ਟੀ ਐਮ ਨੂੰ ਬੁਲਾਇਆ, ਡੀ ਐਸ ਪੀ ਨੂੰ ਬੁਲਾਇਆ, ਥਾਣੇ ਵਾਲਿਆਂ ਨੂੰ, ਵੀ ਇਹਦੇ ਕਾਗਜ਼ ਚੈੱਕ ਕਰੋ, ਇਹਨਾਂ ਦੇ ਨਾਂ ਹੈਗਾ, ਜੇ ਨਾਂ ਨਹੀਂ ਕਿਸੇ ਦੇ ਕਿਉਂ ਬਣਾ ਰਿਹਾ ਹੈ। ਇਸ ਕਰਕੇ ਮੈਂ ਐਸ ਡੀ ਐਮ ਨੂੰ ਵੀ ਮੌਕੇ 'ਤੇ ਇੱਥੇ ਆਪ ਹੀ ਖੜ੍ਹਾ, ਉਹਨੂੰ ਵੀ ਬੁਲਾ ਰਿਹਾ, ਵੀ ਜੇ ਤਾਂ ਇਹਦੇ ਕੋਲੋਂ ਕਾਗਜ਼ ਆ ਕੋਈ ਰਜਿਸਟਰੀ ਹੈ ਫਿਰ ਦੱਸੇ, ਨਹੀਂ ਤਾਂ ਸਾਂਝੀ ਜਗ੍ਹਾ ਕਿਸੇ 'ਤੇ ਮੈਂ ਕਬਜ਼ਾ ਨਹੀਂ ਕਰਦਾ। ਬਿਲਕੁਲ ਬਿਲਕੁਲ ਹੋਏਗੀ, ਮਿਲੀ ਭੁਗਤ ਨਾਲ। ਹਾਂ, ਕਮਰਸ਼ੀਅਲ ਏਰੀਆ ਆ ਸਾਰਾ, ਕਾਨੂੰਨੀ ਕੱਟੀ ਹੋਈ ਆ। ਦੇਖੋ, ਮਾਹੌਲ ਬਣਾ ਰਿਹਾ ਨਾ, ਨਾਲ ਆਪਣਾ ਮਾਹੌਲ ਬਣਾ ਰਿਹਾ ਹੈ ਨਾਲ। ਇਹਦੀ ਹੋਰ ਵੀ ਕਈ ਜਗ੍ਹਾ 'ਤੇ ਲੋਰਾਂ ਗੇਟ, ਹੋਰ ਜਗ੍ਹਾ ਪਿੱਛੇ ਦੁਕਾਨਾਂ ਢੁਆਈਆਂ ਨੇ ਕਮੇਟੀ ਨੇ, ਉੱਥੇ ਨਜਾਇਜ਼ ਜਗ੍ਹਾ 'ਤੇ ਬਣਾਇਆ ਸੀ, ਇਹਨੂੰ ਮੂੰਹ ਪਿਆ। ਇਸ ਕਰਕੇ ਜਿਹੜੇ ਜਿਹੜੇ ਅਫਸਰ 'ਚ ਇਨਵੋਲਵ ਨੇ ਉਹਨਾਂ 'ਤੇ ਵੀ ਪਰਚਾ ਆਉਣਾ। ਓਮ ਪ੍ਰਕਾਸ਼ ਜਿੰਦਲ ਦੀ ਮੰਨੀਏ ਤਾਂ ਉਹਨਾਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਕਿ ਉਸਦੇ ਕੋਲ ਜ਼ਮੀਨ 'ਤੇ ਕਬਜ਼ੇ ਦੀ ਡਿਗਰੀ ਹੈ ਅਤੇ ਇੱਥੇ ਲੋਕਾਂ ਲਈ ਪਾਰਕ ਬਣ ਰਿਹਾ। ਨਹੀਂ, ਕੋਈ ਬੱਕ ਬੋਰਡ ਦੀ ਜਗ੍ਹਾ ਨਹੀਂ, ਬੱਕ ਬੋਰਡ ਦਾ ਰਿਕਾਰਡ ਸਾਨੂੰ ਦਿਖਾ ਦੇਣ ਕੋਈ, ਜੇ ਬੱਕ ਬੋਰਡ ਦੀ ਸਾਡੀ ਆਪਣੀ ਜਗ੍ਹਾ, ਸਾਡੇ ਕੋਲ ਸਰਕਾਰੀ ਕਾਗਜ਼ ਨੇ, ਡਿਗਰੀ ਹੋਈ ਵੀ ਹੈ ਇਹਦੀ, ਅਤੇ ਸਾਡੀ ਜ਼ਮੀਨ ਹੈ ਇਹ ਸਾਡੇ ਕਬਜ਼ੇ 'ਚ, ਇਹ ਸਾਡੀ 8 ਵਿਘੇ ਹੈ, ਇਹ ਅਸੀਂ ਕੋਰਟ ਦੇ ਥਰੂ ਲਈ ਹੋਈ ਹੈ। ਬਲਕ ਡੇਰੇ ਦੀ ਉਹਨੇ 200 ਵਿਘੇ ਲੋਕਾਂ ਨੇ ਲਈ ਹੋਈ ਹੈ ਜਗ੍ਹਾ, ਬਹੁਤ ਸੀ ਵਿੱਚੋਂ 8 ਵਿਘੇ ਅਸੀਂ ਲਈ ਹੋਈ ਹੈ, ਸਾਰੇ ਹੈਗੇ ਨੇ, ਬਣਦਾ ਹੈ ਤਾਂ ਉਹ ਪਾਰਕ ਬਣ ਰਿਹਾ, ਲੋਕਾਂ ਦੇ ਖੇਡਣ ਵਾਸਤੇ ਪਾਰਕ ਬਣ ਰਿਹਾ। ਉਧਰ ਮੰਤਰੀ ਦੀ ਦਖਲ ਅੰਦਾਜ਼ੀ ਦੇ ਕਾਰਨ ਪ੍ਰਸ਼ਾਸਨ ਵੀ ਹਰਕਤ 'ਚ ਆਇਆ ਅਤੇ ਨਾਭਾ ਦੀ ਐਸ ਡੀ ਐਮ ਜਸ਼ਨਪ੍ਰੀਤ ਨੇ ਕਿਹਾ ਕਿ ਸਟੇਟਸ ਕੋ ਜਾਰੀ ਕਰਦਿਆਂ ਉਸਾਰੀ ਕਾਰਜ ਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਮਾਮਲੇ ਦੀ 3 ਦਿਨਾਂ 'ਚ ਮੁਕੰਮਲ ਜਾਂਚ ਦਾ ਭਰੋਸਾ ਵੀ ਦਿੱਤਾ। ਹੁਣੇ ਇਨਫੋਰਮੇਸ਼ਨ ਮਿਲੀ ਸੀ ਮੰਤਰੀ ਸਾਹਿਬ ਤੋਂ ਕਿ ਇਹ ਜਿਹੜਾ ਏਰੀਆ ਹੈਗਾ ਉਹਦਾ ਜਿਹੜੀ ਉਹਦੀ ਓਨਰਸ਼ਿਪ ਨਹੀਂ ਹੈਗੀ, ਜਿਹੜਾ ਬੰਦਾ ਉਹਦੇ 'ਤੇ ਕੁਛ ਕੰਸਟਰਕਟ ਕਰ ਰਿਹਾ ਕਮਰਸ਼ੀਅਲ ਪ੍ਰੋਪਰਟੀ, ਅਤੇ ਹੁਣ ਅਸੀਂ ਪਹੁੰਚੇ ਹਾਂ, ਕੰਮ ਰੁਕਵਾ ਦਿੱਤਾ, ਇਹ ਸਟੇਟਸ ਕੋ ਲੱਗ ਗਈ ਹੈ, ਇਹਦੇ 'ਤੇ ਇਨਕੁਆਇਰੀ ਕਰਾਂਗੇ ਵਿਦਇਨ 2-3 ਡੇਜ਼, ਅਸੀਂ ਜੇ ਉਹਦੀ ਓਨਰਸ਼ਿਪ ਹੈਗੀ ਹੈ ਉਹਨੂੰ ਮੌਕਾ ਦੇਵਾਂਗੇ ਵੀ ਆਪਦੀ ਓਨਰਸ਼ਿਪ ਪ੍ਰੂਫ ਕਰੇ, ਨਹੀਂ ਪ੍ਰੂਫ ਕਰ ਸਕੂਗਾ ਤਾਂ ਜਿਹੜੀ ਵੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ। ਸ਼ਹਿਰ ਵਾਸੀ ਵੀ ਓਮ ਪ੍ਰਕਾਸ਼ ਜਿੰਦਲ ਦੇ ਨਾਜਾਇਜ਼ ਕਬਜ਼ਿਆਂ ਦੀ ਦਾਸਤਾਨ ਬਿਆਨ ਕਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਸਮਾਂ ਰਹਿੰਦਿਆਂ ਜਿੰਦਲ ਦੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾ ਲਿਆ ਜਾਵੇ ਤਾਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਜਿਹੜਾ ਓਮ ਜਿੰਦਲ ਲਾਣਾ ਜੀ, ਇਹਨੂੰ ਪੈਸੇ ਦੀ ਭੁੱਖ ਆ, ਜਿੱਥੇ ਦੇਖੋ ਨਾਜਾਇਜ਼ ਕਬਜ਼ੇ ਇਹਦੇ, ਕੋਈ ਹੋਰ ਬੰਦਾ ਹੋਵੇ ਕਬਜ਼ਾ ਕਰ ਲਵੇ,
ਇੱਕ ਇੰਨਾ ਪੈਸੇ ਦਾ ਭੁੱਖਾ ਆ, ਇੰਨਾ ਰੁਪਈਆ ਇਹਦੇ ਕੋਲ। ਪਹਿਲਾਂ ਤਾਂ ਗਰੀਬਾਂ ਦੇ ਨਾਂ ਲੈ ਕੇ ਇਹਨੇ ਜ਼ਮੀਨਾਂ ਘੱਟ ਰੇਟਾਂ 'ਤੇ ਗਰੀਬਾਂ ਨੂੰ ਕੋਈ ਫਸਿਆ ਦੀਆ ਵਿਚਾਰੇ ਤੋਂ ਪੈਸੇ ਘੱਟ ਵੱਧ ਦੇ ਕੇ ਉੱਤੇ ਕਬਜ਼ਾ ਕਰ ਗਿਆ। ਆਉਣ ਉਰੇ ਕਬਜ਼ਾ ਕਰ ਰਿਹਾ ਜਿੱਥੇ ਮੰਤਰੀ ਜੀ ਦੱਸ ਰਹੇ ਨੇ, ਲਾਹੌਰਾ ਗੇਟ ਕਬਜ਼ਾ ਕਰਿਆ ਹੋਇਆ ਇਹਨੇ। ਲਾਹੌਰਾ ਗੇਟ ਉੱਥੇ ਜਦੋਂ ਕਿ ਗਰੀਬਾਂ ਦੀ ਉਹ ਆ ਨਗਰ ਕੌਂਸਲ ਦੀ ਜ਼ਮੀਨ ਆ, ਉੱਥੇ ਕਬਜ਼ਾ ਕਰਕੇ ਮਿਲੀ ਭੁਗਤ ਨਾਲ। ਇਹਨੂੰ ਨਾਭੇ ਦੇ ਵਿੱਚ ਓਮ ਜਿੰਦਲ ਦੀ ਬਜਾਏ ਨਾ ਇਹਨੂੰ ਕਬਜ਼ੇ ਵਾਲਾ ਜਿੰਦਲ ਕਿਹਾ ਕਰੋ, ਕਿਉਂਕਿ ਇਹਨੂੰ ਕਬਜ਼ਾ ਲੈਣ ਦੀ ਆਦਤ ਪੈ ਗਈ। ਥਾਂ ਥੋਂ ਇਹਨਾਂ 'ਤੇ ਪਰਚੇ ਆ, ਮੈਂ ਤਾਂ ਕਹਿੰਦਾ ਇਹ 'ਤੇ ਪਰਚਾ ਕੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਵਿਅਕਤੀ ਵੱਲੋਂ ਨਾਭਾ ਦੀਆਂ ਵੱਖ ਵੱਖ ਥਾਵਾਂ 'ਤੇ ਕਬਜ਼ਾ ਕਰਨਾ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਗੈਰ ਸੰਭਵ ਨਹੀਂ, ਲਿਹਾਜ਼ਾ ਮਸਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰਨੀ ਬਣਦੀ ਹੈ ਤਾਂ ਜੋ ਨਾਜਾਇਜ਼ ਕਬਜ਼ਿਆਂ ਦੇ ਮਾਹਰਾਂ ਨੂੰ ਸਬਕ ਸਿਖਾਇਆ ਜਾ ਸਕੇ। ਨਾਭਾ ਤੋਂ ਭੁਪਿੰਦਰ ਸਿੰਘ, D5 ਚੈਨਲ ਪੰਜਾਬੀ।